गुलाबी सुंडी दी मार चल रहे किसानां च मुख्यमंत्री चरणजीत सिंह चन्नी दे खिलाफ वड्डा रोस भखिया दिखाई दे रहा है। दरअसल मुख्यमंत्री चरणजीत सिंह चन्नी ने किसानां दे नाल मुलाकात दे वड्डे वड्डे होर्डिंग पूरे पंजाब च लगवा दते, पर जिन्हां नाल तस्वीरां खिंचवाईआं उन्हां किसानां नूं वी मुआवजा हाले तक नहीं दिता गया है। विरोधी धिरां इस नूं लै के मुख्यमंत्री नूं घेर रहीआं। चन्नी नूं सिर्फ तीन चीजां दा मोह, ड्रामा ड्रामा ड्रामा, ड्रामेबाज मुख्यमंत्री। जी हां, इन्हां शतीर जिड्डे पोस्टरां नूं निहार रहे किसान कह रहे ने ड्रामेबाज मुख्यमंत्री। इन्हां फोटोआं नूं वेख विरोधी कह रहे ने ड्रामेबाज मुख्यमंत्री, ते सब तों वध कोस रहे ने ਉਹ ਵਿਚਾਰੇ ਕਿਸਾਨ ਜਿਨ੍ਹਾਂ ਦੇ ਨਾਲ ਫੋਟੋਆਂ ਖਿਚਵਾ ਗਏ ਡਰਾਮੇਬਾਜ਼ ਮੁੱਖ ਮੰਤਰੀ। ਗੁਲਾਬੀ ਸੁੰਡੀ ਦੇ ਡੱਸੇ ਫੋਟੋਆਂ 'ਚ ਨਜ਼ਰ ਆ ਰਹੇ ਇਹਨਾਂ ਕਿਸਾਨਾਂ ਨੂੰ ਹੁਣ ਪਿੰਡ ਵਾਸੀ ਟਿੱਚਰਾਂ ਕਰ ਰਹੇ ਨੇ। ਜੀ ਹਾਂ, ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ। ਕਿਸਾਨਾਂ ਨੂੰ ਖੇਤਾਂ ਦੀ ਬੁੱਕਲ 'ਚ ਜਾ ਕੇ ਮਿਲੇ ਸਨ ਚੰਨੀ ਸਾਹਿਬ। ਭੋਲਾ ਜਿਹਾ ਚਿਹਰਾ ਬਣਾ ਕੇ ਟੀਂਡਾ ਖੋਲ੍ਹ ਕੇ ਵਿਖਾ ਦਿੱਤਾ, ਅਤੇ ਫੋਟੋਗ੍ਰਾਫਰ ਨੇ ਵੀ ਹੋਰਡਿੰਗਾਂ 'ਤੇ ਲਾਉਣ ਦੇ ਲਈ ਝੱਟ ਫੋਟੋ ਖਿੱਚ ਲਈ। ਵਿਚਾਰੀ ਟੀਂਡੇ 'ਚ ਬੈਠੀ ਸੁੰਡੀ ਵੀ ਸ਼ਾਇਦ ਮਾਣ ਮਹਿਸੂਸ ਕਰ ਗਈ ਹੋਣੀ ਹੈ ਕਿ ਮੈਨੂੰ ਤਾਂ ਮੁੱਖ ਮੰਤਰੀ ਚੰਨੀ ਨੇ ਖੁਦ ਨਿਹਾਰਿਆ ਹੈ। ਵਿਚਾਰੇ ਭੋਲੇ ਭਾਲੇ ਕਿਸਾਨ ਵੀ ਸੁੰਡੀ ਵਾਲੇ ਟੀਂਡੇ ਵਿਖਾਉਂਦੇ ਰਹਿ ਗਏ। ਪਤਾ ਤਾਂ ਉਹਨਾਂ ਨੂੰ ਉਸ ਵੇਲੇ ਚੱਲਿਆ ਜਦੋਂ ਪਿੰਡ ਵਾਲੇ ਕਰਨ ਲੱਗੇ ਟਿੱਚਰਾਂ ਕਿ ਲਓ ਹੁਣ ਫੜ ਲਓ ਟਿੰਡੇ, ਹੁਣ ਖਿਚਵਾ ਲਓ ਫੋਟੋਆਂ। ਮੁਆਵਜ਼ਾ ਤਾਂ ਤੁਹਾਨੂੰ ਮਿਲਿਆ ਨਹੀਂ, ਫੋਟੋਆਂ ਸਾਰੇ ਸ਼ਹਿਰ 'ਚ ਲਵਾ ਛੱਡੀਆਂ। ਜੀ ਹਾਂ, ਫੋਟੋਆਂ 'ਚ ਨਜ਼ਰ ਆ ਰਹੇ ਮੁੱਖ ਮੰਤਰੀ ਦੇ ਨਾਲ ਖੜੇ ਇਹਨਾਂ ਕਿਸਾਨਾਂ ਨੂੰ ਵੀ ਮੁਆਵਜ਼ਾ ਮਿਲਿਆ ਹੀ ਨਹੀਂ। ਫੋਟੋਆਂ 'ਚ ਨਜ਼ਰ ਆ ਰਹੇ ਕਿਸਾਨ ਬਲਵਿੰਦਰ ਸਿੰਘ ਖਾਲਸਾ ਦੀ ਹੱਡਬੀਤੀ ਸੁਣ ਕੇ ਤੁਹਾਨੂੰ ਵੀ ਸ਼ਾਇਦ ਫੋਟੋਬਾਜ਼ ਮੁੱਖ ਮੰਤਰੀ ਤੋਂ ਨਫ਼ਰਤ ਜਿਹੀ ਹੋਣ ਲੱਗ ਪਵੇਗੀ। ਅੱਜ ਤੋਂ ਮਹੀਨਾ ਹੋ ਗਿਆ ਕਰੀਬ ਜੀ, ਮੁੱਖ ਮੰਤਰੀ ਸਾਹਿਬ ਆਪਣੇ ਖੇਤ ਵਿੱਚ ਆਏ ਸੀਗੇ ਅਤੇ ਨਰਮੇ ਦੀ ਫਸਲ ਦੇਖੀ ਸੀ ਉਹਨਾਂ ਨੇ, ਵੀ ਨਰਮੇ ਦੇ ਵਿੱਚ ਟੀਂਡੇ ਤੋੜ ਕੇ ਦੇਖੇ ਸੀਗੇ ਵੀ ਟੀਂਡੇ ਖਰਾਬ ਹੋਏ ਹੈ। ਉਹਨਾਂ ਨੂੰ ਦੇਖ ਕੇ ਮਤਲਬ ਉਹਨਾਂ ਨੇ ਮੁਆਵਜ਼ੇ ਦੀ ਸਾਨੂੰ ਕਿਹਾ ਸੀ ਮੁਆਵਜ਼ਾ ਦੇਵਾਂਗੇ। ਅਜੇ ਤੀਕਰ ਮਹੀਨਾ ਹੋ ਗਿਆ, ਮੁਆਵਜ਼ੇ ਦੀ ਕੋਈ ਗੱਲਬਾਤ ਨਹੀਂ ਸੁਣੀ, ਨਾ ਹੀ ਉਹਨਾਂ ਨੇ ਕੋਈ ਬਿਆਨ ਦਿੱਤਾ ਵੀ ਅਸੀਂ ਇੰਨਾ ਮੁਆਵਜ਼ਾ ਦੇਵਾਂਗੇ ਜਾਂ ਨਾ ਦੇਵਾਂਗੇ। ਕਿ ਤੁਹਾਡੇ ਨਾਲ ਜੱਫੀ ਪਾਰਟੀ ਵੀ ਫੋਟੋ ਖਿੱਚੀ ਗਈ ਹੈ, ਉਹ ਤੁਹਾਡੀ ਹੈ ਫੋਟੋ? ਹਾਂਜੀ ਹਾਂਜੀ, ਮੇਰੀ ਫੋਟੋ ਆਈ ਹੈ ਬਲਵਿੰਦਰ ਸਿੰਘ ਦੀ। ਜੱਫੀ ਜਦੋਂ ਪਾਈ ਸੀ ਉਹ ਤਾਂ  100% ਹੀ ਲੱਗਦਾ ਸੀਗਾ ਵੀ ਬਹੁਤ ਵਧੀਆ ਮੁੱਖ ਮੰਤਰੀ ਹੈ, ਕੰਮ ਕਰਨਗੇ, ਪਰ ਅਜੇ ਤੀਕਰ ਉਹਨਾਂ ਦਾ ਕੋਈ ਮੁਆਵਜ਼ੇ ਬਾਰੇ ਬਿਆਨ ਨਹੀਂ ਆਇਆ ਜੀ। ਤਾਂ ਸੁਣਿਆ ਤੁਸੀਂ ਕੀ ਬੀਤੀ ਹੈ ਇਸ ਕਿਸਾਨ 'ਤੇ। ਵਿਰੋਧੀ ਹੁਣ ਚਰਨਜੀਤ ਚੰਨੀ ਨੂੰ ਡਰਾਮੇਬਾਜ਼ ਅਤੇ ਫੋਟੋਬਾਜ਼ ਮੁੱਖ ਮੰਤਰੀ ਕਹਿ ਰਹੇ ਨੇ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬਕਾਇਦਾ ਉਹ ਹੋਰਡਿੰਗ ਵਿਖਾਏ ਅਤੇ ਚੰਨੀ ਸਾਹਿਬ ਨੂੰ ਹਲੂਣਾ ਦਿੱਤਾ ਕਿ ਬਿਹਤਰ ਹੁੰਦਾ ਜੇਕਰ ਇਹ ਪੈਸੇ ਆਪਣੀ ਮਸ਼ਹੂਰੀ ਕਰਨ ਦੀ ਥਾਂ ਗੁਲਾਬੀ ਸੁੰਡੀ ਦੇ ਡੱਸੇ ਕਿਸਾਨਾਂ ਨੂੰ ਮੁਆਵਜ਼ੇ ਵਜੋਂ ਦੇ ਦਿੱਤੇ ਹੁੰਦੇ। ਵੈਸੇ ਸ਼ਰਮ ਆਉਣੀ ਚਾਹੀਦੀ ਹੈ ਚੰਨੀ ਸਾਹਿਬ, ਤੁਹਾਨੂੰ ਅਤੇ ਤੁਹਾਡੀ ਸਰਕਾਰ ਨੂੰ, ਮਸ਼ਹੂਰੀ ਫੁੱਲ ਸਾਈਜ਼ ਦੀ ਅਤੇ ਕੰਮ ਕੋਟੀਓਂ ਖੋਟੇ। ਸ਼ਾਇਦ ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਚੰਨੀ ਨੂੰ ਡਰਾਮੇ ਛੱਡ ਕੇ ਧਰਾਤਲ 'ਤੇ ਕੰਮ ਕਰਨ ਦੀ ਨਸੀਹਤ ਦਿੱਤੀ। ਸਤਿ ਸ਼੍ਰੀ ਅਕਾਲ ਸਾਥੀਓ, ਪਿਛਲੇ 2-3 ਦਿਨਾਂ ਤੋਂ ਲਗਾਤਾਰ ਮੇਰੇ ਅੰਮ੍ਰਿਤਸਰ, ਜਲੰਧਰ, ਲੁਧਿਆਣੇ ਪ੍ਰੋਗਰਾਮ ਚੱਲਦੇ ਰਹੇ ਨੇ ਅਤੇ ਸਾਰੇ ਸ਼ਹਿਰਾਂ 'ਚ ਤੁਰਦੇ ਫਿਰਦੇ ਮੈਨੂੰ ਇਹੋ ਜਿਹੇ ਬੋਰਡ ਨਜ਼ਰ ਆਏ ਜਿੱਥੇ ਚੰਨੀ ਸਾਹਿਬ ਕਹਿ ਰਹੇ ਨੇ ਕਿ ਨਰਮੇ ਦੇ ਖਰਾਬੇ ਵਾਸਤੇ ਢੁੱਕਦਾ ਮੁਆਵਜ਼ਾ। ਹੁਣ ਹੈਰਾਨੀ ਦੀ ਗੱਲ ਤਾਂ ਆਹ ਹੈਗੀ ਕਿ ਜਿੱਥੇ ਅੱਜ ਤਾਈਂ ਗੋਦਾਵਰੀ ਪੂਰੀ ਨਹੀਂ ਹੋਈ ਹੈ, ਕਿੰਨਾ ਮੁਆਵਜ਼ਾ ਮਿਲ ਰਿਹਾ ਕੁਛ ਐਲਾਨ ਨਹੀਂ ਕੀਤਾ ਗਿਆ ਹੈ। ਸੈਂਕੜੋ ਕਿਸਾਨ ਨੇ ਦੁਖੀ ਹੋ ਕੇ ਖੁਦਕੁਸ਼ੀ ਕਰਕੇ ਆਪਦੀ ਜਾਨਾਂ ਵੀ ਦੇ ਦਿੱਤੀਆਂ ਨੇ ਇਸ ਇੰਤਜ਼ਾਰ 'ਚ ਕਿ ਮੁੱਖ ਮੰਤਰੀ ਜਿਹੜਾ ਸਾਡਾ ਨਰਮਾ ਦਾ ਨੁਕਸਾਨੀ ਦੇਖ ਕੇ ਗਿਆ ਕੁਛ ਐਲਾਨ ਕਰੂਗਾ। ਅੱਜ ਤਾਈਂ ਇੱਕ ਕਿਸਾਨ ਨੂੰ ਮੁਆਵਜ਼ੇ ਦੀ ਦਵਾਨੀ ਨਹੀਂ ਮਿਲੀ ਹੈ, ਲੇਕਿਨ ਲੋਕਾਂ ਦੇ ਪੈਸੇ ਦੇ ਨਾਲ ਕਰੋੜਾਂ ਦੇ ਆ ਇਸ਼ਤਿਹਾਰ ਦੇ ਬੋਰਡ ਚੰਨੀ ਸਾਹਿਬ ਤੁਸੀਂ ਲਗਾ ਦਿੱਤੇ ਨੇ। ਮੈਂ ਅੱਜ ਤੁਹਾਨੂੰ ਸਵਾਲ ਕਰਦੀ ਹਾਂ ਕਿ ਜੇ ਤੇ ਇਸ ਬੋਰਡ 'ਚ ਲਿਖਿਆ ਹੁੰਦਾ ਕਿ ਇੰਨੇ ਕਿਸਾਨਾਂ ਨੂੰ ਇੰਨੇ ਕਰੋੜ ਰੁਪਏ, ਇੰਨੇ ਰੁਪਏ ਪ੍ਰਤੀ ਏਕੜ ਦਾ ਮੈਂ ਮੁਆਵਜ਼ਾ ਦਿੱਤਾ ਹੈ, ਫਿਰ ਤਾਂ ਅਸੀਂ ਤੁਹਾਡੇ ਸਾਰਿਆਂ ਦਾ, ਤੁਹਾਡਾ ਡਟ ਕੇ ਸਵਾਗਤ ਕਰਦੇ ਇਸ ਗੱਲ ਦਾ।
लेकिन आज झूठा प्रचार जिथे मुआवजा दवानी किसे नु नहीं मिली, गोदावरी अज तक नहीं पूरिया, गदौरिया पूरिया नहीं हुई ने, लोकी रोज किसान मर रहे ने, अज भी मरे ने, लेकिन तुसी आज झूठा प्रचार ते हुण शोशे जे छड्ड दियो। रोज किथे जाके किदे नाल फोटो खिचा के कदे बस ते मगर कदे बॉर्डर दे उत्ते एक करोड़ा रुपए आप दी चमकाउण वास्ते ए छोटी जी शोशेबाजी ते छड्ड के लोकां दे विच विचर के ਉਹਨਾਂ ਦੀ ਦੁੱਖ ਤਕਲੀਫਾਂ ਹੱਲ ਕਰਕੇ ਜਿਹੜੇ ਵਾਅਦੇ ਤੁਹਾਡੀ ਸਰਕਾਰ ਨੇ ਕੀਤੇ ਸੀ ਉਹਨਾਂ ਨੂੰ ਪੂਰਨ ਕਰਨ ਵਾਸਤੇ ਹੁਣ ਇਹ ਖਰਚੇ ਤੁਸੀਂ ਕਰੋ। ਮੈਂ ਜਵਾਬ ਆਸ ਕਰਦੀ ਹਾਂ ਤੁਸੀਂ ਮੇਰਾ ਜਵਾਬ ਜ਼ਰੂਰ ਦਿਓਗੇ। ਲੱਖਾਂ ਏਕੜ ਜ਼ਮੀਨ ਨਰਮੇ ਦੀ ਬਿੰਕ ਵਰਮ ਨਾਲ ਖਤਮ ਹੋ ਗਈ ਹੈ, ਹਜ਼ਾਰਾਂ ਕਿਸਾਨ ਤਬਾਹ ਹੋ ਗਏ ਹੈ, ਹਲੇ ਇੱਕ ਮਹੀਨੇ ਤੋਂ ਵੱਧ ਹੋ ਗਿਆ, हले तक एक रुपया मुआवजा अनाउंस ही नहीं किया। चन्नी साहब आ फोटो खिचा कि मैं हूँ दो दिन फोटो खिचा दूंगा, मैं इतने झूठ बोलूँगा, इतने आ माफ आ माफ आ माफ आ माफ, करना कुछ नहीं है, करना कुछ नहीं है। उन्हें पता है कि दो महीने उधर रह गए हैं, हूँ तक कल्ले लुट्टन ते लगे है। मैं चन्नी साहब कहना कहना जिहड़े किसानां दे नहीं तो श्रोमणी अकाली दल संघर्ष करना पैना है, आ मुआवजा इन्हों देना ही पैना है। मैं अज ऐलान करता जे इन्होंने नहीं दिता मुआवजा, तीन महीने बाद श्रोमणी अकाली दल सरकार आऊगी, असी देवांगे मुआवजा। एक बंदा दस दिन एक इतने बोर्ड लाई बैठे है लुधियाने, मैं बोर्ड देखा मुआवजा दिता, मैं एक किसान का नाँ दस दिन अखबार च दस दिन या एक एक पिंड कोई चेक कर न गया हो। चन्नी दे कारियां दे चलदियां आप आगू राघव चड्ढा ने भी चन्नी नूं लम्मे हथी लिया। उन्हें कहा कि चन्नी नू लाइट कैमरा तो पसंद है पर एक्शन लेना चन्नी साहब नू नहीं आता। उन्हें कहा कि कैमरे के शौकीन ड्रामेबाज मुख्यमंत्री ने जबरदस्ती किसानों के नाल जफियां तो पा ली पर मुआवजे के नाँ से दवानी तक नहीं दी। उन्हें चन्नी नू किसानों की नुमाइश ना करन की सलाह भी दी है। जहां 1,00,000 हेक्टेयर से ज्यादा जमीन ज्यादा नरमे के खेत बर्बाद हो गए, उस दौर में चन्नी साहब की सरकार को किसानों को मुआवजा देना चाहिए। फोटोएं खिंचवा के किसान को फोटोशूट के लिए इस्तेमाल नहीं करना चाहिए, किसान की नुमाइश नहीं करनी चाहिए। तो चन्नी साहब ने कैमरामैन तो बड़ा सेट करके रखा, कदे हेलीकॉप्टर च फाइलों साइन करदिया की फोटो, कदे चाह वाली दुकान ते बिस्कुट डबोंदियां दी फोटो, कदे भंगड़े दी फोटो, कदे सुंडी वाले टींडे फड़ के किसानां दे नाल फोटो। फोटोबाज तां पूरे ने साडे माणयोग मुख्यमंत्री, पर सूबे च नित खुदकुशियां करदे किसानां दीआं तस्वीरां जां घरां दे विच सत्थर विचदे अते रोंदे कुरलोंदे परिवारां दीआं तस्वीरां वेखण लग्गिया शायद सीएम साहब अखां मीच लैंदे ने। हज़ारां एकड़ फसल गुलाबी सुंडी कारण तबाह हो चुकी है, कई किसान खुदकुशियां कर चुके ने, पर चन्नी साहब नूं इह गल नज़र नहीं आ रही। माड़ी गल है, बहुत माड़ी गल है। सूबे च हनेरगर्दी विचाले फोटो ते होर्डिंगां दे नाल काम नहीं बनना चन्नी साहब, जमीनी पद्धर ते तुहाडा मखौल उड़ाया जा रहा है। हालातां दे सताए लोग लांतां दे नाल नाल दिलों बददुआवां भी दे रहे ने। अपने कैप्टन दे पाप धोने सी तुसीं चन्नी साहब, उन्हां दी राह ते नहीं सी तुरना, यह गल तुहानूं चेते रखनी चाहिए। पीटीसी न्यूज़ लई बठिंडा तो जुगनू शर्मा दे नाल ब्यूरो रिपोर्ट।